ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ ਤਾਂ ਅਗਲਾ ਕਨਸੈਪਟ ਤੁਹਾਡੇ ਲਈ ਲੈ ਕੇ ਆਏ ਆਂ ਆਰੰਭਿਕ ਨਗਰ ਜਿਹਦੇ ਵਿੱਚ ਸਿੰਧੂ ਘਾਟੀ ਸਭਿਆਤਾ ਆ ਗਈ ਹੜੱਪਾ ਸਭਿਆਤਾ ਆ ਗਈ ਇਹਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਆ ਗਈ ਅਤੇ ਨਾਲ ਕਿਹੜੇ ਕਿਹੜੇ ਪਹਿਲਾਂ ਹੁਣ ਤੱਕ ਐਗਜ਼ਾਮ ਦੇ ਵਿੱਚ ਇਹਦੇ ਵਿੱਚੋਂ ਕੁਐਸਚਨ ਆਇਆ ਉਹ ਆ ਗਈ ਤਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਪਹਿਲਾ ਵਾਲੇ ਭਾਗ ਜਿਨ੍ਹਾਂ ਨੇ ਹਾਲੇ ਤੱਕ ਰੀਡ ਨਹੀਂ ਕੀਤੇ ਤਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਉੱਪਰ ਤੁਹਾਨੂੰ ਆਈਕਨ ਸ਼ੋ ਹੋਏਗਾ ਤਾਂ ਉਸ ਲਿੰਕ ਤੇ ਕਲਿੱਕ ਕਰਕੇ ਪਹਿਲਾਂ ਵਾਲੇ ਭਾਗ ਹੈ ਜਿਹੜੇ ਦੇਖ ਸਕਦੇ ਹੋ बस स्टार्ट ਕਰਦੇ ਆ ਜੀ ਤਾਂ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਵਾਲੇ ਕੁਐਸਚਨ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਨੋਟ ਜ਼ਰੂਰ ਕਰ ਲਿਓ ਤਾਂ ਇੱਕ ਇਹਦੇ ਵਿੱਚ ਕੁਐਸਚਨ ਆਇਆ ਹੋਇਆ ਸੀਗਾ ਸਿੰਧ ਦੇ ਵਿੱਚ ਮੋਹਨਜੋਦੜੋ ਦੇ ਟਿਕਾਣੇ ਦੀ ਖੁਦਾਈ ਜਿਹੜੀ ਕਿਸ ਨੇ ਕੀਤੀ ਸੀ ਤਾਂ ਇਹ ਕੀਤੀ ਸੀ ਆਰਡੀ ਬਨਰਜੀ ਨੇ ਸੋ ਇੱਕ ਕੁਐਸਚਨ ਆਇਆ ਹੋਇਆ ਹੈ ਮਤੇ ਦਿੱਤੇ ਗਏ ਸੀ ਕਿ ਕਿਹੜੇ ਮਤੇ ਦੇ ਅਨੁਸਾਰ ਮੋਹਨਜੋਦੜੋ ਦੇ ਮਹਾ ਇਸ਼ਨਾਨ ਘਰ ਲਈ ਠੀਕ ਨਹੀਂ ਹੈ ਇਹ ਕਿਹਲੇ ਸ਼ਹਿਰਾਂ ਦੇ ਵਿੱਚ ਬਣਾਈ ਗਈ ਸੀ ਤਾਂ ਇਹ ਕਥਨ ਜਿਹੜਾ ਗਲਤ ਜੋੜਨਾ ਸੀਗਾ ਤਿੰਨ ਸਹੀ ਦਿੱਤੇ ਗਏ ਸੀਗੇ ਇੱਕ ਕੁਐਸਚਨ ਆਇਆ ਹੋਇਆ ਹੜੱप्पा ਸੱਭਿਆਤਾ ਇਥੇ ਲਿਖਿਆ ਵਿੱਚੋਂ ਕਿਸ ਕਾਲ ਨਾਲ ਸੰਬੰਧਿਤ ਹੈ ਹੜੱप्पा ਸੱਭਿਆਤਾ ਕਿਹੜੇ ਕਾਲ ਨਾਲ ਸੰਬੰਧਿਤ ਸੀ ਕਾਂਸੀ ਯੁੱਗ ਨਾਲ ਇਸ ਤੋਂ ਇਲਾਵਾ ਜੋ ਮੋਹਰਾਂ ਪ੍ਰਾਪਤ ਹੋਈਆਂ ਤੇ ਇਸ ਤੇ ਵੀ ਕੁਐਸਚਨ ਜਿਹੜਾ ਆਇਆ ਹੋਇਆ ਹੈ ਮੋਹਨਜੋਦੜੋ ਤੋਂ ਪ੍ਰਾਪਤ ਹੋਈ ਪਸ਼ੂਪਤੀ ਵਾਲੀ ਮੋਹਰ ਦੇ ਵਿੱਚ ਰੱਬ ਨੂੰ ਯੋਗੀ ਮੋਦਰਾ ਦੇ ਵਿੱਚ ਦਿਖਾਇਆ ਹੋਇਆ ਹੈ ਜਿਹਦੇ ਆਲੇ ਦੁਆਲੇ ਚਾਰ ਜਾਨਵਰ ਨੇ ਉਹ ਜਾਨਵਰ ਪੁੱਛੇ ਗਏ ਸੀ ਕਿਹੜੇ ਸੀ ਤਾਂ ਬਘਿਆੜ ਗੈਂਡਾ ਮੱਝ ਤੇ ਹਾਥੀ ਇਸ ਤੋਂ ਇਲਾਵਾ ਦਿ亚ਰਾਮ ਸਾਨੀ ਰਖਲਦਾਸ ਬਨਰਜੀ ਜੌਨ ਮਾਰਸਲ ਕਨਿਗਮ ਭਾਰਤੀ ਇਤਿਹਾਸ ਦੇ ਕਿਹੜੇ ਦੌਰ ਨਾਲ ਸਬੰਧਤ ਨੇ ਇਹ ਕੁਐਸਚਨ ਵੀ ਆਇਆ ਹੋਇਆ ਤਾਂ ਇਹ ਸੀਗੇ ਹੜੱप्पा ਨਾਲ ਸਬੰਧਤ ਇਸ ਤੋਂ ਬਾਅਦ ਭਾਰਤ ਵਿੱਚ ਦੂਜਾ ਸ਼ਹਿਰੀਕਰਨ ਲਗਭਗ 6ਵੀਂ ਸਦੀ ਬੀਸੀਈ ਦੇ ਵਿੱਚ ਹੋਇਆ ਮੰਨਿਆ ਜਾਂਦਾ ਹੈ ਪਹਿਲਾ ਸ਼ਹਿਰੀਕਰਨ ਲਗਭਗ ਕਦੋਂ ਹੋਇਆ ਸੀਗਾ ਇਹ ਕੁਐਸਚਨ ਪੁੱਛਿਆ ਗਿਆ ਸੀ ਜਹਾ ਹੜੱप्पा ਦਾ ਜਿਹੜਾ ਸਮਾਂ ਸ਼ੁਰੂ ਹੋਣ ਦਾ ਉਹ ਕਿਹੜਾ ਹੈ ਤਾਂ 2500 ਬੀਸੀਈ ਤਾਂ ਇਹ ਸਾਰੇ ਕੁਐਸਚਨ ਹੁਣ ਤੱਕ ਇਸ ਕਨਸੈਪਟ ਦੇ ਵਿੱਚੋਂ ਆ ਚੁੱਕੇ ਤਾਂ ਅੱਗੇ ਆਪਾਂ ਸਟਾਰਟ ਕਰਦੇ ਹੜੱਪਾ ਸਭਿਅਤਾ ਦਾ ਜਨਮ ਤਾਂ ਆਪਣੇ ਆਪ ਦੇ ਵਿੱਚ ਇੱਕ ਕੁਐਸਚਨ ਨੇ ਵੀਡੀਓ ਨੂੰ ਅੱਗੇ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰ ਦਿਓ ਤਾਂ ਹੜੱਪਾ ਸਭਿਅਤਾ ਜਿਹੜਾ ਜਨਮ ਅੱਜ ਤੋਂ ਲਗਭਗ 7000 ਸਾਲ ਪਹਿਲਾਂ ਭਾਰਤੀ ਮਹਾਦੀਪ ਦੇ ਉੱਤਰ ਪੱਛਮੀ ਭਾਗਾਂ ਦੇ ਵਿੱਚ ਜਿਹੜਾ ਹੋਇਆ ਸੀ ਤਾਂ ਭਾਗ ਪੁੱਛ ਲਈ ਜਾਂਦੇ ਆ ਭਾਰਤੀ ਮਹਾਦੀਪ ਦੇ ਉੱਤਰ ਪੱਛਮੀ ਭਾਗਾਂ ਦੇ ਵਿੱਚ ਲਗਭਗ 7000 ਸਾਲ ਪਹਿਲਾਂ ਜਿਹੜਾ ਇਹ ਮੰਨਿਆ ਜਾਂਦਾ ਹੈ ਅੱਗਿਆ ਗਿਆ ਹੜੱਪਾ ਸੱਭਿਅਤਾ ਦਾ ਵਿਸਤਾਰ ਕਿੱਥੋਂ ਤੱਕ ਇਹ ਫੈਲੀ ਹੋਈ ਸੀ ਹੜੱਪਾ ਸੱਭਿਅਤ ਦਾ ਵਿਸਤਾਰ ਵਰਤਮਾਨ ਪਾਕਿਸਤਾਨ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਭਾਗਾਂ ਅਤੇ ਦੱਖਣੀ ਅਫਗਾਨਿਸਤਾਨ ਤੱਕ ਸੀ ਬਹੁਤ ਦੂਰ ਦਰਾਡੇ ਤੱਕ ਕਿਹੜੀ ਫੈਲੀ ਹੋਈ ਸੀ ਹੜੱਪਾ ਸੱਭਿਅਤਾ ਤਾਂ ਟੋਟਲ ਵੀ ਪੁੱਛ ਲੈਣ데요 ਕਿ ਕਿੱਥੇ ਕਿੱਥੇ ਕਿਹੜੇ ਕਿਹੜੇ ਰਾਜਾਂ ਦੇ ਵਿੱਚ ਫੈਲੀ ਗਈ ਸੀ ਕਿੰਨੇ ਰਾਜਾਂ ਦੇ ਵਿੱਚ ਤਾਂ ਇੱਕ ਪਾਕਿਸਤਾਨ ਹੋ ਗਿਆ ਦੂਜਾ ਪੰਜਾਬ ਤੀਜਾ ਹਰਿਆਣਾ ਚੌਥਾ ਰਾਜਸਥਾਨ ਪੰਜਵਾਂ ਗੁਜਰਾਤ ਛੇਮਾ ਪੱਛਮੀ ਉੱਤਰ ਪ੍ਰਦੇਸ਼ ਅਤੇ ਸੱਤਮਾ ਅਫਗਾਨਿਸਤਾਨ ਤਾਂ ਸੱਤ ਪ੍ਰਦੇਸ਼ ਸੱਤ ਦੇਸ਼ ਕਹਿ ਸਕਦੇ ਹੋ ਇਹਨਾਂ ਤੱਕ ਫੈਲੀ ਗਈ ਸੀ ਜਾਂ ਇਹ ਵੀ ਪੁੱਛ ਲਿਆ ਜਾਂਦਾ ਹੈ ਕਿ ਹੜੱप्पा ਸਭਿਅਤਾ ਇਹਨਾਂ ਦੇ ਵਿੱਚੋਂ ਕਿ ਕਿਥੋਂ ਕਿਹੜੀ ਸਟੇਟ ਹੈ ਜਿਹੜੀ ਇਹਦੇ ਵਿੱਚ ਨਹੀਂ ਸੀ ਸੋ ਨੈਗੇਟਿਵ ਦੇ ਤੌਰ ਤੇ ਇੱਕ ਕੁਐਸਚਨ ਜਰੂਰ ਆਉਂਦੇ ਨੇ ਤਾਂ ਤੁਹਾਨੂੰ ਇਹ ਜਿਹੜੇ ਸੱਤੇ ਦੇ ਸੱਤੇ ਯਾਦ ਹੋਣੇ ਚਾਹੀਦੇ ਆ ਸੌਖੇ ਨੇ ਪੰਜਾਬ ਹਰਿਆਣਾ ਪਾਕਿਸਤਾਨ ਰਾਜਸਥਾਨ ਤੇ ਗੁਜਰਾਤ ਇਸ ਤਰ੍ਹਾਂ ਟੋਟੇ ਬਣਾ ਲਿਓ ਉੱਤਰ ਪ੍ਰਦੇਸ਼ ਆ ਗਿਆ ਤੇ ਦੱਖਣੀ ਅਫਗਾਨਿਸਤਾਨ ਆ ਗਿਆ ਤਾਂ ਇਸ ਤਰ੍ਹਾਂ ਯਾਦ ਕਰ ਲਿਓ ਤੀਸਰਾ ਮੋਸਟ ਇੰਪੋਰਟੈਂਟ ਹੈ ਹੜੱਪਾ ਸੱਭਿਆਤਾ ਦੇ ਹੋਰ ਕਿਹੜੇ ਨਾਂ ਸੀਗੇ ਔਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੜੱਪਾ ਸੱਭਿਆਚਾਰ ਦਾ ਸਭ ਨੂੰ ਪਤਾ ਲੱਗ ਗਿਆ ਸਾਰੇ ਪੜ੍ਹਦੇ ਐ ਜੋ ਕੁਐਸਚਨ ਪਾਉਣ ਵਾਲਾ ਹੁੰਦਾ ਐਗਜ਼ਾਮੀਨਰ ਹੁੰਦਾ ਉਹ ਤੁਹਾਡੇ ਦਿਮਾਗ ਨਾਲ ਖੇਡਦਾ ਐ ਤੇ ਇਹਦਾ ਦੂਸਰਾ ਨਾਮ ਜਿਹੜਾ ਕੁਐਸਚਨ ਬਣਾ ਕੇ ਪਾ ਦਿੰਦਾ ਹੜੱਪਾ ਸੱਭਿਆਚਾਰ ਨੂੰ ਸਿੰਧ ਘਾਟੀ ਦੀ ਸੱਭਿਆਤਾ ਅਤੇ ਸਿੰਧ ਸਰਸਵਤੀ ਸੱਭਿਆਤਾ ਵੀ ਇਹ ਜਿਹੜਾ ਕਿਹਾ ਜਾਂਦਾ ਹੁਣ ਉਹਨੇ ਸਿੰਧ ਸਰਸਵਤੀ ਸੱਭਿਆਤਾ ਪਾਤੀ ਕੁਝ ਵੀ ਪੁੱਛ ਲਿਆ ਇਹਦਾ ਜਨਮ ਕਦੋਂ ਹੋਇਆ ਸੀ ਇਹਦਾ ਵਿਸਤਾਰ ਕਿੱਥੋਂ ਤੱਕ ਸੀ ਹੜੱਪਾ ਸੱਭਿਆਤਾ ਘਟਤੀ ਸਿੰਧੂ ਘਾਟੀ ਸੱਭਿਆਤਾ ਘਟਤੀ ਹੈ ਇਹ ਇੱਕੋ ਗੱਲ ਹੀ ਹੈ ਤਾਂ ਇਹਦਾ ਹੀ ਦੂਸਰਾ ਨਾਮ ਅਤੇ ਹੋਰ ਨਾਮ ਆ ਗਿਆ ਸੋ ਇੱਥੇ ਭੁੱਲ ਜਾਗੇ ਬੀਏ ਕੁਐਸਚਨ ਕਿੱਥੋਂ ਆ ਗਿਆ ਵੀ ਕਿਹਨੂੰ ਕਹਿੰਦੇ ਨੇ ਤਾਂ ਸਿੰਧੂ ਘਾਟੀ ਸੱਭਿਆਤਾ ਹੜੱਪਾ ਸੱਭਿਆਤਾ ਸਿੰਧ ਸਰਸਵਤੀ ਸੱਭਿਆਤਾ ਇੱਕੋ ਹੀ ਨਾਮ ਨੇ ਤੇ ਜਰੂਰ ਨੋਟ ਕਰ ਲਿਓ ਚੌਥਾ ਪੁਆਇੰਟ ਆ ਗਿਆ ਜੀ ਸਿੰਧ ਘਾਟੀ ਦੀ ਸੱਭਿਆਤਾ ਜਿਹੜੀ ਨਗਰ ਯੋਜਨਾ ਸੀ ਤਾਂ ਸਿੰਧ ਘਾਟੀ ਸੱਭਿਆਤਾ ਵਿੱਚ ਨਗਰ ਨਿਰਮਾਣ ਉੱਚ ਕੋਟੀ ਦਾ ਸੀਗਾ ਨਗਰ ਨੂੰ ਦੋ ਭਾਗਾਂ ਦੇ ਵਿੱਚ ਜਿਹੜਾ ਵੰਡਿਆ ਗਿਆ ਸੀ ਉੱਚਾ ਭਾਗ ਅਤੇ ਹੇਠਲਾ ਭਾਗ ਹੁਣ ਉੱਚੇ ਭਾਗ ਦੇ ਵਿੱਚ ਕੀ ਆ ਗਿਆ ਵੱਡੇ ਵੱਡੇ ਧਾਰਮਿਕ ਅਤੇ ਸਰਵਜਨਕ ਭਵਨ ਇਥੇ ਸ਼ਾਸਕ ਵਰਗ ਲੋਕ ਆ ਜਿਹੜੇ ਰਹਿੰਦੇ ਸੀ ਇਹ ਅਗਲੇ ਦੇ ਉੱਚੇ ਭਾਗ ਦੇ ਵਿੱਚ ਹੁਣ ਹੇਠਲੇ ਤੁਸੀਂ ਆਪ ਹੀ ਸਮਝ ਕੇ ਆਉਂਗੇ ਕਿਹੜੇ ਲੋਕ ਆਉਣਗੇ ਹੇਠਲੇ ਭਾਗ ਦੇ ਵਿੱਚ ਆਮ ਲੋਕਾਂ ਦੇ ਨਿਵਾਸ ਦਾ ਸਥਾਨ ਸੀਗਾ। ਨਗਰ ਦੀਆਂ ਸੜਕਾਂ ਸਿੱਧੀਆਂ ਜਾਂਦੀਆਂ ਸੀ ਤੇ ਇੱਕ ਦੂਜੇ ਨੂੰ ਸਮਕਾਉਣ ਤੇ ਕੱਟਦੀਆਂ ਸੀ। ਨਗਰਾਂ ਦੇ ਵਿੱਚ ਨਾਲੀਆਂ ਦੀ ਬਹੁਤ ਚੰਗੀ ਵਿਵਸਥਾ ਜਿਹੜੀ ਕੀਤੀ ਗਈ ਸੀ ਜਿਸ ਕਾਰਨ ਨਗਰ ਦੇ ਵਿੱਚ ਸਫਾਈ ਹੈ ਜਿਹੜੀ ਰਹਿੰਦੀ ਸੀ। ਤੜੱਪਾ ਦੇ ਸੱਭਿਆਤਕ ਨਗਰ ਯੋਜਨਾ ਦੇ ਦੋ ਭਾਗਾਂ ਦੇ ਵਿੱਚ ਇੱਕ ਉੱਚਾ ਭਾਗ ਇੱਕ ਨੀਵਾ ਉੱਚੇ ਚ ਆਗੇ ਸ਼ਾਸਕ ਵੱਡੇ ਲੋਕ ਕਹਿ ਸਕਦੇ ਆ। ਛੋਟੇ ਚ ਆਗੇ ਆਮ ਲੋਕਾਂ ਇਸ ਤੋਂ ਬਾਅਦ ਆ ਗਿਆ ਜੀ ਮਕਾਨ ਦਾ ਨਿਰਮਾਣ ਹੜੱप्पा ਸੱਭਿਆਚਾਰ ਵਿੱਚ ਮਕਾਨ ਸੀ ਜਿਹੜੇ ਪੱਕੀਆਂ ਇੱਟਾਂ ਦੇ ਬਣਾਏ ਜਾਂਦੇ ਸੀ ਸੋ ਇਸ ਮਕਾਨ ਦੇ ਕੁਐਸਚਨ ਪੁੱਛਿਆ ਜਾਂਦਾ ਕਿ ਕਿਹੋ ਜਿਹੇ ਮਕਾਨ ਹੁੰਦੇ ਸੀ ਹੜੱप्पा ਸੱਭਿਆਚਾਰ ਵਿੱਚ ਤਾਂ ਇਹ ਪੱਕੀਆਂ ਇੱਟਾਂ ਦੇ ਬਣਾਏ ਜਾਂਦੇ ਸੀ ਦੀਵਾਰਾਂ ਸੀ ਜਿਹੜੀਆਂ ਉਹ ਪਲਾਸਟਰ ਕੀਤੀਆਂ ਜਾਂਦੀਆਂ ਸੀ ਰੰਗਦਾਰ ਵੀ ਦੀਵਾਰਾਂ ਜਿਹੜੀਆਂ ਹੁੰਦੀਆਂ ਸੀ ਛੱਤਾਂ ਜਿਹੜੀਆਂ ਉਹ ਸਮਤਲ ਹੁੰਦੀਆਂ ਸੀ ਇੱਕੋ ਜੀਆਂ ਮਕਾਨਾਂ ਵਿੱਚ ਖਿੜਕੀਆਂ ਜ਼ਿਆਦਾ ਹੁੰਦੀਆਂ ਸੀ ਅਨੇਕਾਂ ਹੁੰਦੀਆਂ ਸੀ ਕਈ ਦਰਵਾਜ਼ੇ ਰੱਖੇ ਹੁੰਦੇ ਸੀ ਹਰੇਕ ਮਕਾਨ ਦੇ ਵਿੱਚ ਇੱਕ ਰਸੋਈ ਘਰ ਅਤੇ ਇਸ਼ਨਾਨ ਘਰ ਹੁੰਦਾ ਸੀ ਕਈ ਕਈ ਮਕਾਨਾਂ ਦੇ ਵਿੱਚ ਖੂਬੀਆਂ ਜਿਹੜੇ ਬਣਾਈ ਗਈ ਸੀ ਤਾਂ ਅਗਲਾ ਆ ਗਿਆ ਹੜੱप्पा ਸੱਪਿਆ ਦਾ ਸਭ ਤੋਂ ਮਹੱਤਵਪੂਰਨ ਭਵਨ ਕਿਹੜਾ ਹੈ ਹੜੱप्पा ਸੱਪਿਆ ਦਾ ਸਭ ਤੋਂ ਮਹੱਤਵਪੂਰਨ ਭਵਨ ਹੈ ਜਿਹੜਾ ਮੋਹਨਜੋਦੜੋ ਦਾ ਵੱਡਾ ਇਸ਼ਨਾਨ ਘਰ ਹੈ ਇੱਕ ਕੁਐਸਚਨ ਤੁਹਾਡਾ ਇਹ ਹੋ ਗਿਆ ਦੂਸਰਾ ਇਹਦੀ ਲੰਬਾਈ ਬਾਰੇ ਕਿੰਨਾ ਚੌੜਾ ਕਿੰਨਾ ਡੂੰਘਾ ਇੰਨਾ ਲੰਬਾ ਤਾਂ ਇਹ 39 ਫੁੱਟ ਲੰਬਾ ਹੈ 23 ਫੁੱਟ ਚੌੜਾ ਹੈ 8 ਫੁੱਟ ਡੂੰਘਾ ਸਾੜੱਪਾ ਸਭਿਆਤਾ ਦਾ ਸਭ ਤੋਂ ਵੱਡਾ ਮਹੱਤਵਪੂਰਨ ਭਾਵਨਾ ਮੋਹਨਜੋਦੜੋ ਦੇ ਵਿੱਚ ਜੋ ਇਸ਼ਨਾਨ ਘਰ ਮਿਲਿਆ ਤਾਂ ਇਹ ਹੈ ਇਹਦੇ ਵਿੱਚ ਦੋ ਕੁਐਸਚਨ ਬਣ ਗਏ ਲੰਬਾਈ ਚੌੜਾਈ ਡੂੰਘਾਈ ਤੇ ਇੱਕ ਕੁਐਸਚਨ ਬਣ ਗਿਆ ਦੂਸਰਾ ਇਹ ਇਸ਼ਨਾਨ ਘਰ ਹੈ ਕਿੱਥੇ ਹੈ ਮੋਹਨਜੋਦੜੋ ਦੇ ਵਿੱਚ ਤਾਂ ਅਗਲਾ ਪੁਆਇੰਟ ਆ ਗਿਆ ਹੜੱप्पा ਸੱਭਿਆਤਾ ਦੇ ਮਹੱਤਵਪੂਰਨ ਨਗਰ ਕਿਹੜੇ-ਕਿਹੜੇ ਨਗਰ ਸੀਗੇ ਨਗਰ ਹੜੱप्पा ਸੱਭਿਆਤਾ ਦੇ ਮਹੱਤਵਪੂਰਨ ਨਗਰ ਸੀ ਜਿਹੜੇ ਹੜੱप्पा ਮੋਹਨਜੋਦੜੋ ਲੋਥਲ ਕਾਲੀਬੰਗਾ ਅਤੇ ਬਨਵਾਲੀ ਇਹ ਜਿਹੜੇ ਮਹੱਤਵਪੂਰਨ ਦੇ ਨਗਰ ਹੋਏ ਨੇਗੇ ਸੋ ਲੋਥਲ ਤੋਂ ਜਿਵੇਂ ਕਾਲੀਬੰਗਾ ਮਿਲੀਆਂ ਸੀ ਅਭਿਸ਼ੇਸ਼ ਕਿੱਥੋ-ਕਿੱਥੋ ਮਿਲੇ ਸੀਗੇ ਤੇ ਸਾਰੀਆਂ ਕੁਐਸਚਨ ਜਿਹੜੇ ਇਹਦੇ ਵਿੱਚੋਂ ਬੰਦੇ ਤਾਂ ਕਿ ਮੋਹਨਜੋਦੜੋ ਆ ਗਿਆ ਇਹ ਹੈ ਕੀ ਸੀਗਾ ਮੋਹਨਜੋਦੜੋ ਹੜੱਪਾ ਸੱਭਿਆਤਾ ਦਾ ਇੱਕ ਆਰੰਭਿਕ ਨਗਰ ਸੀਗਾ ਇਹਦੀ ਜਿਹੜੀ ਖੋਜ ਆ ਪਾਕਿਸਤਾਨ ਦੇ ਵਿੱਚ ਸਿੰਧ ਦੇ ਲੜਕਾਣਾ ਜ਼ਿਲ੍ਹੇ ਦੇ ਵਿੱਚ ਹੈ ਜਿਹੜੀ ਹੋਈ ਸੀ ਸੋ ਲੜਕਾਣਾ ਵੀ ਲੜਕਾਣਾ ਤੇ ਲੜਕਾਣਾ ਇੱਕੋ ਹੀ ਗੱਲ ਹੈ ਤਾਂ ਇਸ ਤੇ ਕੁਐਸਚਨ ਜਿਹੜਾ ਜਰੂਰ ਪੁੱਛਿਆ ਜਾਂਦਾ ਤੇ ਸਭ ਤੋਂ ਜਿਹੜਾ ਹੜੱਪਾ ਸੱਭਿਆਤਾ ਦਾ ਮੋਹਨਜੋਦੜੋ ਆਰੰਬਿਕ ਨਗਰ ਸੀਗਾ ਇਹਦੀ ਖੋਜ ਪਾਕਿਸਤਾਨ ਦੇ ਵਿੱਚ ਜੋ ਸਿੰਧ ਇਲਾਕਾ ਉਸ ਦੇ ਲੜਕਾਣਾ ਜਾਂ ਲੜਕਾਣਾ ਜ਼ਿਲ੍ਹੇ ਦੇ ਵਿੱਚ ਹੈ ਜਿਹੜੀ ਹੋਈ ਸੀ ਅੱਗੇ ਗ੍ਰੇਨਰੀਸ ਆ ਗਿਆ ਇਹ ਕੀ ਸੀਗਾ ਇਹ ਹੜੱਪਾ ਸੱਭਿਆਚਾਰ ਦੀਆਂ ਆਕਰਸ਼ਕ ਇਮਾਰਤਾਂ ਸੀ ਜਿਹਨਾਂ ਨੂੰ ਗ੍ਰੇਨਰੀਸ ਜਿਹੜਾ ਕਿਹਾ ਜਾਂਦਾ ਹੈ ਤਾਂ ਇਹ ਵੀ ਕੁਐਸਚਨ ਆਪਣੇ ਆਪ ਦੇ ਵਿੱਚ ਇਹ ਸਾਫ਼ ਸੋਧਰੀਆਂ ਤੇ ਆਇਤਾਕਾਰ ਸੀ ਇਹਨਾਂ ਦੀ ਵਰਤੋਂ ਅਨਾਜ ਭੰਡਾਰਨ ਲਈ ਕੀਤੀ ਜਾਂਦੀ ਸੀ ਇੱਕ ਆਕਰਸ਼ਕ ਇਮਾਰਤਾਂ ਸਾਫ਼ ਸੁਥਰੀਆਂ ਹੁੰਦੀਆਂ ਸੀ ਆਕਾਰ ਇਹਨਾਂ ਦਾ ਅਜਤਾਕਾਰ ਹੁੰਦਾ ਸੀ ਇਹਨਾਂ ਦੀ ਵਰਤੋਂ ਅਨਾਜ ਭੰਡਾਰ ਲਈ ਕੀਤੀ ਜਾਂਦੀ ਸੀ ਤਾਂ ਇਹਦੇ ਵਿੱਚੋਂ ਇਹ ਦੋ ਲਾਈਨਾਂ ਦੇ ਵਿੱਚੋਂ ਤਿੰਨ ਕੁਐਸਚਨ ਬਣ ਗਏ ਪਹਿਲਾ ਤਾਂ ਇਹ ਬਣ ਗਿਆ ਗ੍ਰੇਨਰੀ ਜਿਹੜਾ ਕੀ ਸੀਗਾ ਇਮਾਰਤਾਂ ਸੀ ਆਕਾਰ ਕਿਹੋ ਜਿਹਾ ਸੀ ਅਜਤਾਕਾਰ ਸੀ ਕਿਸ ਲਈ ਇਹਨਾਂ ਦੀ ਵਰਤੋਂ ਹੁੰਦੀ ਸੀ ਅਨਾਜ ਭੰਡਾਰਨ ਲਈ ਤਾਂ ਇਹਨਾਂ ਦੇ ਵਿੱਚੋਂ ਤਿੰਨ ਕੁਐਸਚਨ ਬਣਗੇ। ਅਗਰ ਇਹ ਐਮਸੀਕਿਊ ਹੁੰਦਾ ਕਿ ਗ੍ਰੈਨੂਲਰਿਸ ਕੀ ਸੀਗਾ? ਆਪਸ਼ਨ ਆ ਜਾਂਦੀਆਂ। ਇਮਾਰਤਾਂ ਸੀ, ਇੱਕ ਆਪਸ਼ਨ ਸਹੀ ਆ ਜਾਂਦੀ। ਤਾਂ ਆਪਾ ਪੜਕੇ ਅੱਗੇ ਚਲੇ ਜਾਂਦੇ। ਇਸੇ ਕਰਕੇ ਆਪਾਂ ਥਿਉਰੀ ਹੈ ਜਿਹੜੀ ਸਟਾਰਟ ਕਰੀ ਹੈ। ਤਾਂ ਅੱਗੇ ਆ ਗਿਆ ਜੀ ਪਿਕਟੋਗ੍ਰਾਫ ਜਾਂ ਪਿਕਟੋਗ੍ਰਾਫਸ ਹੜੱप्पा ਸੱਭਿਆਤਾ ਦੇ ਲੋਕ ਜਿਹੜੇ ਲਿਖਣਾ ਜਾਣਦੇ ਸੀ, ਉਹ ਆਪਣੀ ਭਾਸ਼ਾ ਚਿੰਨਾ ਅਤੇ ਤਸਵੀਰਾਂ ਦੇ ਦੁਆਰਾ ਲਿਖਦੇ ਸੀ ਜਿਹਨੂੰ ਪਿਕਟੋਗ੍ਰਾਫਸ ਜਿਹੜਾ ਕਿਹਾ ਜਾਂਦਾ ਤਾਂ ਇਹਦੇ ਵਿੱਚ ਵੀ ਕੁਐਸਚਨ ਜਿਹੜੇ ਨਿਕਲਦੇ ਐ ਕਿ ਪਿਕਟੋਗ੍ਰਾਫ ਕੀ ਸੀਗਾ ਪਿਕਟੋਗ੍ਰਾਫ ਹੁੰਦਾ ਲਿਖਣਾ ਤਾਂ ਕੌਣ ਇਹਨਾਂ ਦੀ ਜਿਹੜੀ ਵਰਤੋਂ ਕਰਦੇ ਸੀ ਹੜੱਪਾ ਸੱਭਿਆਤਾ ਦੇ ਲੋਕ ਕਿਵੇਂ ਲਿਖਦੇ ਸੀ ਆਪਣੀ ਭਾਸ਼ਾ ਚਿੰਨਾ ਅਤੇ ਤਸਵੀਰਾਂ ਦੇ ਦੁਆਰਾ ਤਾਂ ਇਸ ਨੂੰ ਪਿਕਟੋਗ੍ਰਾਫ ਕਿਹਾ ਜਾਂਦਾ ਤਿੰਨ ਕੁਐਸਚਨ ਐ ਜਿਹੜੇ ਇਦੇ ਵਿੱਚੋਂ ਬਣਗੇ ਤਾਂ ਲਾਈਨਾਂ ਦੋਨੇ ਕੁਐਸਚਨ ਤਿੰਨ ਨਿਕਲ ਰਿਹਾ ਤਾਂ ਅਗਲਾ ਆਪਣਾ ਪੁਆਇੰਟ ਆ ਗਿਆ ਮਾਤਾ ਦੇਵੀ ਪੂਜਾ ਪੁੱਛੀ ਜਾਂਦੀ ਹੈ ਕਿ ਹੜੱप्पा ਸੱਭਿਆਤਾ ਦੇ ਲੋਕ ਕਿਸ ਦੀ ਪੂਜਾ ਜਿਹੜੀ ਕਰਦੇ ਸੀ ਤਾਂ ਮਾਤਾ ਦੇਵੀ ਦੀ ਪੂਜਾ ਜਿਹੜੀ ਕਰਦੇ ਸੀ ਤਾਂ ਇੱਕ ਕੁਐਸਚਨ ਹੀ ਬਣੂ ਇਹਦੇ ਵਿੱਚੋਂ ਅੱਗੇ ਇੰਪੋਰਟੈਂਟ ਆ ਗਿਆ ਜੀ 12ਵਾਂ ਪੁਆਇੰਟ ਆਪਣਾ ਪੰਜਾਬ ਦੇ ਵਿੱਚ ਹੜੱप्पा ਸੱਭਿਆਤਾ ਦੇ ਕੇਂਦਰ ਇਹ ਬਹੁਤ ਇੰਪੋਰਟੈਂਟ ਆ ਨਾਦੀ ਨਾਲ ਲਿਖੇ ਜ਼ਰੂਰ ਲਿਆ ਕਰੋ ਤਾਂ ਬੱਕ ਬੱਕ ਖੁਦਾਈਆਂ ਹੋਈਆਂ ਨੇ ਜਿਹਦੇ ਵਿੱਚ ਪਤਾ ਲੱਗਦਾ ਕਿ ਪੰਜਾਬ ਵੀ ਹੜੱਪਾ ਸਭਿਅਤਾ ਦਾ ਮੁੱਖ ਕੇਂਦਰ ਸੀ ਕਿਹੜੇ ਕਿਹੜੇ ਸਥਾਨ ਨੇੜਾ ਹੜੱਪਾ ਸਭਿਅਤਾ ਦੇ ਇੱਥੇ ਬਸੀਸ ਹੈ ਜਿਹੜੇ ਮਿਲੇ ਹੈ ਤਾਂ ਪੰਜਾਬ ਵੀ ਜਿਹੜਾ ਕੇਂਦਰ ਰਿਹਾ ਇਹ ਜ਼ਰੂਰ ਨੋਟ ਕਰ ਲਿਓ ਪਹਿਲਾ ਆ ਗਿਆ ਜੀ ਆਪਣਾ ਸੰਘੋਲ ਇਹ ਕਿੱਥੇ ਹੈ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਲੁਧਿਆਣਾ ਕਿੱਥੇ ਹੈ ਪੰਜਾਬ ਦੇ ਵਿੱਚ ਤਾਂ ਇਹਦੀ ਖੁਦਾਈ ਕਦੋਂ ਹੋਈ ਸੀ 1968 ਈਸਵੀ ਦੇ ਵਿੱਚ ਕਿਸ ਨੇ ਕਰਵਾਈ ਸੀ ਐਸ ਐਸ ਤਲਵਾਰ ਅਤੇ ਆਰ ਐਸ ਬਿਸਟ ਨੇ ਇਹਨਾਂ ਦੋ ਬੰਦਿਆਂ ਨੇ ਜਿਹੜੀ ਸੰਘੋੜ ਜ਼ਿਲ੍ਹਾ ਲੁਧਿਆਣਾ 1968 ਦੇ ਵਿੱਚ ਖੁਦਾਈ ਜਿਹੜੀ ਕਰਵਾਈ ਸੀ ਆਰ ਐਸ ਬਿਸਟ ਅਤੇ ਐਸ ਐਸ ਤਲਵਾਰ ਤਾਂ ਇਹਦੇ ਵਿੱਚ ਵੀ ਇੱਥੇ ਤਿੰਨ ਕੁਐਸਚਨ ਬਣਗੇ ਪਹਿਲਾ ਸੰਘੋੜ ਜਿੱਥੇ ਹੜੱਪਾ ਸਭਿਆਤਾ ਦੇ ਅਵਸ਼ੇਸ਼ ਜਿਹੜੇ ਮਿਲੇ ਐ ਸੰਘੋੜ ਹੈ ਕਿੱਥੇ ਪੰਜਾਬ ਦੇ ਵਿੱਚ ਐ ਜਾਂ ਇਹ ਫਿਰਲੇ ਕਿਹੜੇ ਜ਼ਿਲ੍ਹੇ ਚ ਐ ਲੁਧਿਆਣੇ ਦੇ ਵਿੱਚ ਇੱਕ ਕੁਐਸਚਨ ਤੁਹਾਡਾ ਇਹ ਬਣ ਗਿਆ ਦੂਸਰਾ ਬਣ ਗਿਆ ਵੀ ਖੁਦਾਈ ਤੇ ਕਦੋਂ ਹੋਈ ਸੀ 1968 ਦੇ ਵਿੱਚ ਇਹਨਾਂ ਦੁਆਰਾ ਕਰਵਾਈ ਗਈ ਸੀ ਤੀਸਰਾ ਕੁਐਸਚਨ ਆਪਣਾ ਹੀ ਬਣ ਗਿਆ ਐਸਐਸ ਤਲਵਾਰ ਅਤੇ ਆਰਐਸ ਬੇਸਟ ਤਾਂ ਅੱਗੇ ਹੋਰ ਵੀ ਬਣਨੇ ਕੁਐਸਚਨ ਇੱਥੇ ਹੜੱਪਾ ਸੱਭਿਆਤਾ ਨਾਲ ਸੰਬੰਧਤ ਕੁਝ ਮੂਰਤੀਆਂ ਅਤੇ ਬਰਤਨ ਮਿਲੇ ਹੈ ਇਸ ਕੇਂਦਰ ਵਿੱਚ ਇੱਕ ਵੱਡੀ ਖਾਈ ਹੁੰਦੀ ਸੀ ਜਿਹੜੀ ਹਮੇਸ਼ਾ ਪਾਣੀ ਨਾਲ ਭਰੀ ਹੁੰਦੀ ਸੀ ਇਹ ਇਸ ਲਈ ਬਣਾਈ ਗਈ ਸੀ ਤਾਂ ਕਿ ਸ਼ਹਿਰ ਨੂੰ ਦੁਸ਼ਮਣਾਂ ਤੋਂ ਜਿਹੜਾ ਬਚਾਇਆ ਜਾ ਸਕੇ ਵੱਡੀ ਖਾਈ ਪੱਟੀ ਹੋਈ ਸੀ ਤਾਂ ਹੁਣ ਇੱਥੇ ਪੁੱਛ ਲੈਂਦਾ ਇੱਥੇ ਕਿ ਮਿਲਿਆ ਕੀ ਸੀਗਾ ਕੁਝ ਮੂਰਤੀਆਂ ਮਿਲੀਆਂ ਸੀ ਸੰਘੋਲ ਦੇ ਵਿੱਚ ਅਤੇ ਬਰਤਨ ਮਿਲੇ ਸੀ ਇਸ ਤੋਂ ਇਲਾਵਾ ਇੱਕ ਖਾਈ ਮਿਲੀ ਹੈ ਜਿਹਦੇ ਵਿੱਚ ਪਾਣੀ ਹਮੇਸ਼ਾ ਜਿਹੜਾ 12 ਮਹੀਨੇ 36 ਦਿਨ ਲਾ ਲੋ ਭਰਿਆ ਰਹਿੰਦਾ ਸੀ ਤਾਂ ਇਹ ਬਚਾ ਲਈ ਭਰਿਆ ਰਹਿਣਾ ਸੀ ਤਾਂ ਜੋ ਕੋਈ ਵੀ ਦੁਸ਼ਮਣ ਆਉਂਦਾ ਹੈ ਉਹ ਆਸਾਨੀ ਨਾਲ ਨਾ ਟੱਪ ਸਕੇ ਉਹਨੂੰ ਡਿੱਕਾ ਲੱਗੇ ਤਾਂ ਸੰਘੋਲ ਤੋਂ ਇਹ ਸਭ ਕੁਝ ਜਿਹੜਾ ਮਿਲਿਆ ਸੀ ਮੂਰਤੀਆਂ ਅਤੇ ਬਰਤਨ ਦੂਜਾ ਜਿਹੜੀ ਖੋਦਾਈ ਦਾ ਸਮਾਂ ਤੀਜਾ ਇਹ ਪੰਜਾਬ ਦੇ ਲੁਧਿਆਣਾ ਚ ਹੈ ਅਤੇ ਚੌਥਾ ਜਿਨ੍ਹਾਂ ਨੇ ਇਹਦੀ ਜਿਹੜੀ ਹੈ ਖੋਜ ਕਰਵਾਈ ਸੀ ਖੋਜ ਲਾ ਲੋ ਖੋਦਾਈ ਲਾ ਲੋ ਅੱਗੇ ਆ ਗਿਆ ਜੀ ਰੋਹੀੜਾ ਤਾਂ ਇਹ ਵੀ ਪੰਜਾਬ ਆ ਗਿਆ ਪੰਜਾਬ ਦੇ ਵਿੱਚ ਕਿਹੜਾ ਜ਼ਿਲ੍ਹਾ ਸੰਗਰੂਰ ਇੱਥੇ ਕੁਐਸਚਨ ਬਣ ਗਿਆ ਇਥੋਂ ਦੀ ਖੋਦਾਈ 1976 77 ਦੇ ਵਿੱਚ ਹੋਈ ਸੀ ਦੂਸਰਾ ਕੁਐਸਚਨ ਇਹ ਬਣ ਗਿਆ ਇਥੋਂ ਮਿਲਿਆ ਕੀ ਸੀ ਬਰਤਨ ਪੱਕੀਆਂ ਇੱਟਾਂ ਮਿੱਟੀ ਦੇ ਘਡੌਲੇ ਇਸ ਤੋਂ ਇਲਾਵਾ ਇੱਥੇ ਹੜੱप्पा ਸੱਭਿਆਤਾ ਤੇ ਰੋਹੀੜਾ ਸੱਭਿਆਤਾ ਨਾਲ ਵਾਧੀਆਂ ਫੁੱਲਦੀਆਂ ਜਿਹੜੀਆਂ ਰਹੀਆਂ ਨੇ ਸੋ ਅਖੀਰ ਵਾਲੀ ਗੱਲ ਦਾ ਕੋਈ ਕੁਐਸਚਨ ਬਣਦਾ ਨਹੀਂ ਤਿੰਨ ਕੁਐਸਚਨ ਇਹਦੇ ਚੋਂ ਬਣ ਗਏ ਰੋਹੀੜਾ ਕਿੱਥੇ ਆ ਪੰਜਾਬ ਦੇ ਵਿੱਚ ਜ਼ਿਲ੍ਹਾ ਕਿਹੜਾ ਸੰਗਰੂਰ ਦੂਸਰਾ ਖੁਦਾਈ ਤੀਸਰਾ ਇਥੋਂ ਕੀ ਮਿਲਿਆ ਪੱਕੀਆਂ ਇੱਟਾਂ ਬਰਤਨ ਅਤੇ ਮਿੱਟੀ ਦੇ ਖੜੋਣੇ ਤਾਂ ਇੱਥੇ ਅਖੀਰਲੀ ਲੈਣ ਦਾ ਮਤਲਬ ਇਹੀ ਹੈ ਕਿ ਇੱਥੇ ਵਿਕਾਸ ਜਿਹੜਾ ਹੁੰਦਾ ਗਿਆ ਉਹਦਾ ਪੱਸ ਸੱਭਿਆਤਾ ਜਿਹੜੀ ਬਾਦੀ ਫੁੱਲਦੀ ਰਹੀ ਇਹਨਾਂ ਨੇ ਕਹਿਣ ਤੋਂ ਭਾਵੇਂ ਸੀ ਅਖੀਰਵਾਰੀ ਲੈਣ ਚ ਅਗਲਾ ਆ ਗਿਆ ਜੀ ਸੁਨੇਤ ਤਾਂ ਇਹ ਕਿੱਥੇ ਹੈ ਸੋ ਪੁਰਾਣੇ ਨਾਮ ਨੇ ਅੱਜ ਨਾਮ ਹੋਰ ਹੋ ਚੁੱਕੇ ਹੈ ਇੱਕ ਵਾਰ ਫਿਰ ਤੁਹਾਨੂੰ ਲੁਧਿਆਣੇ ਜਿਹੜਾ ਲੈ ਜਾਣੇ ਆ ਇਹ ਵੀ ਲੁਧਿਆਣੇ ਵਿੱਚ ਸਥਿਤ ਹੈ ਸੋ ਗੋਲ ਵੀ ਲੁਧਿਆਣਾ ਵਿੱਚ ਸੀਗਾ ਤੇ ਸੁਨੇਤ ਵੀ ਦੋਨੇ ਸਸੇਤੀ ਪੈਂਦੇ ਆ ਯਾਦ ਰੱਖ ਲਿਓ ਇੱਕ ਕੁਐਸਚਨ ਇੱਥੇ ਹੋ ਗਿਆ ਦੂਜਾ ਇਹਦੀ ਖੋਜ 1983-84 ਦੇ ਵਿੱਚ ਹੋਈ ਸੀ ਇਹਦੇ ਖਦਾਈਆਂ ਤੋਂ ਜਿਹੜਾ ਸਾਨੂੰ ਹੜੱਪਾ ਸੱਭਿਆਤਾ ਦੇ ਅੰਤਿਮ ਕਾਲ ਯਾਨੀ ਕਿ ਆਖਰੀ ਕਾਲ ਦੀ ਜਾਣਕਾਰੀ ਮਿਲਦੀ ਹੈ ਤਿੰਨ ਕੁਐਸਚਨ ਬਣ ਗਏ ਸੁਨੇਤ ਕਿੱਥੇ ਹੈ ਪੰਜਾਬ ਪੰਜਾਬ ਦੇ ਵਿੱਚ ਜਿਲ੍ਹਾ ਪੁੱਛ ਲਿਆ ਤਾਂ ਲੁਧਿਆਣਾ ਆ ਗਿਆ ਖੋਜ ਇਹਦੀ 1983-84 ਵਿੱਚ ਹੋਈ ਸੀ ਕੀ ਜਾਣਕਾਰੀ ਮਿਲਦੀ ਹੈ ਜਿਹੜੀ ਹੜੱਪਾ ਸੱਭਿਆਤਾ ਸੀ ਉਹਦੇ ਅੰਤਿਮ ਕਾਲ ਜਾਨੀ ਕਿ ਆਖਰੀ ਕਾਲ ਦੀ ਤਾਂ ਤਿੰਨ ਕੁਐਸਚਨ ਤੁਹਾਡੇ ਇਹਦੇ ਵਿੱਚੋਂ ਬਣ ਗਏ ਫਿਰ ਆ ਗਿਆ ਜੀ ਕੋਟਲਾਨ ਹਿੰਗਖਾਂ ਤਾਂ ਇਹ ਵੀ ਪੰਜਾਬ ਦੇ ਵਿੱਚ ਸੀਗਾ ਪੰਜਾਬ ਦਾ ਜ਼ਿਲ੍ਹਾ ਸੀਗਾ ਰੋਪੜ ਇੱਕ ਕੁਐਸਚਨ ਤੁਹਾਡਾ ਇਹ ਹੋ ਗਿਆ ਦੂਸਰਾ ਇਹਦੀ ਖੋਜ 1953 ਦੇ ਵਿੱਚ ਵਾਈ ਡੀ ਸ਼ਰਮਾ ਨੇ ਕੀਤੀ ਸੀ ਤੀਸਰਾ ਕੁਐਸਚਨ ਤੁਹਾਡਾ ਇਹ ਹੋ ਗਿਆ ਇਤਰੀਨੇ ਖੋਦਾਈਆਂ ਦੌਰਾਨ ਬਰਤਨ, ਉਜਾਰ ਅਤੇ ਗਹਿਣੇ ਮਿਲੇ ਐ। ਅਤੇ ਉਹਨਾਂ ਨਾਲੇ ਕਾਫੀ ਮਿਲਦੇ ਜਿਹੜੇ ਹੜੱਪਾ ਸੱਭਿਆਚਾਰ ਵਿੱਚ ਪ੍ਰਾਪਤ ਹੋਈ ਸੀ। ਸੋ ਖੇਤ ਲੈਣ ਕੋਈ ਗੱਲ ਨਹੀਂ ਇਹਦਾ ਕੋਈ ਕੁਐਸਚਨ ਹੀ ਬਣਦਾ ਨਹੀਂ ਲੈਣ ਦਾ। ਜਿਹੜੇ-ਜਿਹੜੇ ਬਣ ਗਏ ਦੁਵਾਰਾ ਦੱਸਦਣੇ ਆ। ਕੋਟਲਾ ਨੇਂਕ ਖਾਨ ਜਿਲ੍ਹਾ ਰੋਪੜ ਚ ਐ। ਰੋਪੜ ਪੰਜਾਬ ਦੇ ਵਿੱਚ ਐ। ਇਹਦੀ ਖੋਜ 1953 ਦੇ ਵਿੱਚ ਹੋਈ ਸੀ। ਕੀਤੀ ਕੀਨੇ ਸੀ ਵਾਈ ਡੀ ਸ਼ਰਮਾ ਨੇ। ਖੋਦਾਈਆਂ ਦੌਰਾਨ ਕੀ ਕੁਝ ਮਿਲਿਆ? ਬਰਤਨ, ਉਜਾਰ ਅਤੇ ਗਹਿਣੇ ਇਹ ਜਿਹੜੇ ਗਹਿਣੇ ਆ ਉਹ ਹੜੱਪਾ ਸੱਭਿਆਚਾਰ ਦੇ ਵਿੱਚ ਜੋ ਮਿਲਦੇ ਆ ਗਹਿਣੇ ਮਿਲਿਆ ਹੋਰ ਚੀਜ਼ਾਂ ਮਿਲੀਆਂ ਨੇ ਉਹਨਾਂ ਨਾਲ ਮਿਲਦੇ ਆ ਤਾਂ ਪਹਿਲੇ ਤਿੰਨ ਕੁਐਸਚਨ ਇਹਦੇ ਵਿੱਚ ਪਣਗੇ ਖੋਜ ਦੀ ਤਰੀਖ ਕਿਸ ਨੇ ਕੀਤੀ ਸੀ ਕੋਟ ਰਾਨਿੰਗ ਖਾਨ ਹੈ ਕਿੱਥੇ ਹੈ ਜ਼ਿਲ੍ਹਾ ਤੇ ਪੰਜਾਬ ਅਗਲਾ ਆ ਗਿਆ ਜੀ ਸੰਸਾਰ ਦੀ ਜਿਹੜੀ ਆਰੰਭਿਕ ਸੱਭਿਅਤਾਵਾਂ ਸੀ ਇਹਨਾਂ ਦੇ ਮੁੱਖ ਕੇਂਦਰ ਕਿਹੜੇ ਸੀ ਇਦੇ ਵਿੱਚ ਪਹਿਲਾ ਆ ਗਿਆ ਨੀਲ ਨਦੀ ਦੀ ਘਾਟੀ ਇਹ ਕਿੱਥੇ ਸੀ ਮਿਸਰ ਦੇ ਵਿੱਚ ਫਿਰ ਆ ਗਿਆ ਦਜਲਾ ਅਤੇ ਫਰਾਤ ਨਦੀਆਂ ਦੀ ਘਾਟੀ ਇਹ ਕਿੱਥੇ ਸੀ ਮੈਸੋਪੋਟਾਮੀਆ ਦੇ ਵਿੱਚ ਸਿੰਧ ਨਦੀ ਦੀ ਘਾਟੀ ਇਹ ਸੀ ਸਿੰਧ ਘਾਟੀ ਦੇ ਵਿੱਚ ਚੌਥਾ ਆ ਗਿਆ ਹਵਾਂਗ ਹੋ ਜਗਾਸੀ ਕਾਂਗਾ ਨਦੀਆਂ ਦੀ ਘਾਟੀ ਇਹ ਸੀ ਨਾਮ ਤੋਂ ਹੀ ਪਤਾ ਲੱਗ ਗਿਆ ਚੀਨ ਦੇ ਵਿੱਚ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਕੁਐਸਚਨ ਨੇ ਘਾਟੀਆਂ ਨੇ ਕਿਹੜੀ ਘਾਟੀ ਕਿੱਥੇ ਹੈ ਇਹ ਪੁੱਛਿਆ ਜਾ ਸਕਦਾ ਹੈ ਇਹ ਚਾਰ ਕੁਐਸਚਨ ਨੇ ਆਪਣੇ ਆਪ ਦੇ ਵਿੱਚ ਤੁਹਾਨੂੰ ਪੁੱਛ ਲਿਆ ਜਾਏਗਾ ਕਿ नील ਨਦੀ ਦੀ ਘਾਟੀ ਕਿੱਥੇ ਹੈ ਮਿਸਰ ਦੇ ਵਿੱਚ ਹੈ ਦਜਲਾ ਫਰਾਤ ਨਦੀਆਂ ਦੀ ਘਾਟੀ ਮੈਸੋਪੋਟਾਮੀਆ ਚ ਹੈ ਸਿੰਧ ਨਦੀ ਦੀ ਘਾਟੀ ਸਿੰਧ ਘਾਟੀ ਚ ਹੈ ਚੌਥਾ ਤੁਹਾਨੂੰ ਯਾਦ ਕਰਨ ਦੀ ਲੋੜ ਹੀ ਨਹੀਂ ਅਵਾਂਗ ਹੋ ਜਾਗਾ ਇਦਾਂ ਦਾ ਕੁਸ ਆ ਗਿਆ ਚੈਨ ਟਿਕ ਕਰ ਦਿਓ ਤਾਂ ਅੱਗੇ ਆ ਗਿਆ ਜੀ ਹੜੱਪਾ ਸਭਿਅਤ ਦਾ ਪਤਨ ਕੀ ਕਾਰਨ ਸੀ ਕਿਵੇਂ ਹੋਇਆ ਸੀ ਤਾਂ ਇਹ ਜ਼ਰੂਰ ਧਿਆਨ ਨਾਲ ਰੱਖ ਲਿਓ ਤੋਂ ਅਲੱਗ-ਅਲੱਗ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਨੇ ਪੰਜ ਪੁਆਇੰਟ ਤੁਹਾਨੂੰ ਦੱਸ ਦਾਂਗੇ ਤਾਂ ਲਗਭਗ 1500 ਈਸਵੀ ਪੂਰਵ ਜਦੋਂ ਆਰੀਆ ਭਾਰਤ ਦੇ ਵਿੱਚ ਆਉਣੇ ਸ਼ੁਰੂ ਹੋਏ ਸੀ ਤਾਂ ਹੜੱਪਾ ਸਭਿਅਤ ਦਾ ਪਤਨ ਜਿਹੜਾ ਹੋ ਗਿਆ ਸੀ ਆਰੀਆ ਦੇ ਆਉਣ ਨਾਲ ਹੜੱਪਾ ਸਭਿਅਤ ਦਾ ਪਤਨ ਜਿਹੜਾ ਹੋਇਆ ਸੀ ਲਗਭਗ 1500 ਈਸਵੀ ਪੂਰਵ ਨਿਸ਼ਚਿਤ ਰੂਪ ਵਿੱਚ ਹਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਸੋ ਅੰਦਾਜ਼ਾ ਕਹਿ ਸਕਦੇ ਆ ਸੋ ਆਪਾਂ ਦਾ ਉੱਤਰ ਦੇਣਾ ਹੈ ਆਪਾਂ ਇਹਨਾਂ ਡੀਪਲੀ ਨਹੀਂ ਜਾਣਾ ਇਹਦੇ ਵਿੱਚ ਤਾਂ ਇਹਦੇ ਕਈ ਕਾਰਨ ਨੇ ਤੁਹਾਨੂੰ ਆਪਣੇ ਆਪ ਆਨਸਰ ਜਿਹੜਾ ਬਣ ਜਾਊਗਾ ਪਹਿਲਾ ਜਿਹੜਾ ਕਾਰਨ ਚ ਦੱਸਿਆ ਹੋਇਆ ਹੈ ਆਰੀਆ ਲੋਕਾਂ ਨੇ ਸਿੰਧ ਘਾਟੀ ਦੇ ਲੋਕਾਂ ਨਾਲ ਯੁੱਧ ਕੀਤਾ ਸੀ ਉਹਨਾਂ ਨੂੰ ਹਰਾ ਦਿੱਤਾ ਸੀ ਜਿਸ ਕਾਰਨ ਹੜੱਪਾ ਸਭਿਅਤਾ ਜਿਹੜੀ ਖਤਮ ਹੋ ਗਈ ਨਸ਼ਟ ਹੋ ਗਈ ਪਰ ਇਹ ਜੋ ਵਿਚਾਰ ਦਿੱਤਾ ਗਿਆ ਇਸ ਨੂੰ ਅੱਜ ਕੱਲ ਕੋਈ ਮਤਵ ਜਿਹੜਾ ਨਹੀਂ ਦਿੱਤਾ ਜਾਂਦਾ ਸੋ ਅਗਲਾ ਪੁਆਇੰਟ ਸਿੰਧ ਅਤੇ ਇਸ ਦੀਆਂ ਸਹਾਇਕ ਨਦੀਆਂ ਵਿੱਚ ਲਗਾਤਾਰ ਹੜ੍ਹ ਆਉਣ ਦੇ ਕਾਰਨ ਇਸ ਸਭਿਅਤਾ ਦਾ ਨਾਸ਼ਾ ਜਿਹੜਾ ਹੋਇਆ ਸੀ ਦੂਸਰਾ ਤਰਕ ਇਹ ਦਿੱਤਾ ਜਾਂਦਾ ਹੈ ਕਿ ਇਹ ਕਾਰਨ ਹੈ ਜਿਹੜਾ ਹੜੱਪਾ ਸਭਿਅਤਾ ਦਾ ਹੈਗਾ ਹੁਣ ਤੋਂ ਤੁਸੀਂ ਇਹ ਆਪਣੇ ਦਿਮਾਗ ਵਿੱਚ ਰੱਖਣੇ ਆ ਜਦੋਂ ਕੁਐਸਚਨ ਆ ਗਿਆ ਇਹਨਾਂ ਪੰਜਾਂ ਪੁਆਇੰਟਾਂ ਦੇ ਵਿੱਚੋਂ ਜੋ ਤੁਹਾਨੂੰ ਆਪਸ਼ਨ ਉੱਤੇ ਮਿਲ ਗਈ ਉੱਤੇ ਟਿਕਾੜਾ ਤੁਸੀਂ ਨਹੀਂ ਲਾਉਣਾ ਤੀਸਰਾ ਪੁਆਇੰਟ ਇਹਦੇ ਵਿੱਚ ਕੀ ਆ ਗਿਆ ਲਗਭਗ 1900 ਈਸਵੀ ਪੂਰਵ ਵਿੱਚ ਜਿਹੜੀ ਸਰਸਵਤੀ ਨਦੀ ਸੀ ਇਦੇ ਸੂਕੋ ਜਾਣਕਾਰਨ ਹੜੱਪਾ ਸਭਿਅਤਾ ਦੇ ਜਿਹੜੇ ਲੋਕ ਨੇ ਉਹ ਪੂਰਬ ਵੱਲ ਗੰਗਾ ਦੇ ਮੈਦਾਨ ਵਿੱਚ ਚਲੇ ਗਏ ਸੀ ਜਿਹਦੇ ਕਰਕੇ ਹੜੱਪਾ ਸਭਿਅਤਾ ਦਾ ਪਤਨ ਜਿਹੜਾ ਹੋਇਆ ਮੰਨਿਆ ਜਾਂਦਾ ਹੈ ਚੌਥਾ ਭੁਚਾਲ ਜਾਂ ਕਿਸੇ ਹੋਰ ਮਹਾਮਾਰੀ ਕਾਰਨ ਇਸ ਸਭਿਅਤਾ ਦਾ ਜਿਹੜਾ ਅੰਤ ਹੋ ਗਿਆ ਸੀ ਜਾਂ ਇਹ ਮੰਨਿਆ ਜਾਂਦਾ ਹੈ ਪੰਜਵਾਂ ਪੁਆਇੰਟ ਮੌਸਮ ਬਦਲਣਾ ਸ਼ੁਰੂ ਹੋਇਆ ਇਹ ਖੇਤਰ ਰੇਗਿਸਤਾਨ ਦੀ ਤਰ੍ਹਾਂ ਵੱਧ ਤੋਂ ਵੱਧ ਸੁੱਕ ਗਿਆ ਸਿੱਟੇ ਵੱਜੋਂ ਭੂਮੀ ਦੀ ਉਪਜਾਊ ਸ਼ਕਤੀ ਜਿਹੜੀ ਖਤਮ ਹੋ ਗਈ ਇਸ ਲਈ ਸਿੰਧ ਘਾਟੀ ਦੇ ਲੋਕ ਹੋਰ ਥਾਵਾਂ ਤੇ ਜਾ ਕੇ ਜਿਹੜਾ ਰਹਿਣ ਲੱਗ ਪਏ ਤਾਂ ਪੰਜ ਛੇ ਗੱਲਾਂ ਜਿਹੜੀ ਦੱਸੇngੀਆਂ ਨੇ ਸਿੰਧੂ ਘਾਟੀ ਦੀ ਸੱਭਿਆਚਾਰ ਬਾਰੇ ਏਕ ਐਸਾ ਨਾ ਕਿ ਅੰਦਾਜ਼ੇ ਐ ਤੁਸੀਂ ਬਸ ਇੱਕ ਇਹਦੇ ਨਜ਼ਰੀ ਮਾਰਨੀ ਐ ਕੋਈ ਜ਼ਰੂਰੀ ਨਹੀਂ ਇਹ ਨਹੀਂ ਉਲਝਣਾ ਹੈਗਾ ਵੀ ਕਿਹੜਾ ਇਹਦੇ ਵਿੱਚੋਂ ਸਹੀ ਐ ਇਹ ਤੁਸੀਂ ਪੜ ਲੈਣਾ ਆਪਣੇ ਧਿਆਨ ਇਹ ਰੱਖਣਾ ਕਿ ਆਹ ਆ ਪੁਆਇੰਟ ਦੱਸੇ ਗਏ ਸੀ ਜੇ ਕੁਐਸਚਨ ਪੇਪਰ ਦੇ ਵਿੱਚ ਆਉਂਦਾ ਕਿ ਹੜੱਪਾ ਸਭਿਅਤਾ ਦਾ ਪਤਨ ਕਿਵੇਂ ਹੋਇਆ ਤਾਂ ਤੁਸੀਂ ਆਪਣੇ ਦਿਮਾਗ ਵਾਲੀਆਂ ਜਿਹੜੀਆਂ ਆ ਗੱਲਾਂ ਤੁਸੀਂ ਨੋਟ ਕਰੀਆਂ ਨੇ ਇਹਨਾਂ ਤੇ ਝਾਤ ਮਾਰ ਲਿਓ ਇਹਨਾਂ ਦੇ ਵਿੱਚੋਂ ਜਿਹੜੀ ਵੀ ਲਾਈਨ ਤੁਹਾਡੇ ਉੱਤਰ ਨਾਲ ਮਿਲਦੀ ਹੈ ਉਹ ਤੇ ਟਿੱਕ ਲਾ ਦਿਓ ਉਦਾਹਰਨ ਲਈ ਦੱਸ ਦਿੰਦੇ ਆ ਜੇਕਰ ਉੱਥੇ ਤੁਹਾਨੂੰ ਇਹ ਆ ਗਿਆ ਮਤਲਬ ਕੁਐਸਚਨ ਆਇਆ ਪਿਆ ਕਿ ਹੜੱਪਾ ਸਭਿਅਤਾ ਦੇ ਪਤਨ ਦਾ ਕੀ ਕਾਰਨ ਸੀ ਤੁਹਾਨੂੰ ਇੱਕ ਆਪਸ਼ਨ ਮਿਲਗੀ ਭੁਚਾਲ ਜਾਂ ਮਹਾਮਾਰੀ ਕਾਰਨ ਇਹ ਆਪਸ਼ਨ ਆ ਗਈ ਤਦ ਉਸ ਜੋ ਤੇ ਟਿੱਕ ਲਾ ਦੇਉ ਕਿ ਆਪ ਇਹਦੇ ਵਿੱਚ ਇਹ ਪੜਿਆ ਚੌਥਾ ਕਾਲਮ ਹੈਗਾ ਜਾਂ ਇਹ ਆ ਗਿਆ ਸਰਸਵਤੀ ਨਦੀ ਨਦੀ ਸੀ ਜਿਹੜੀ ਸੁੱਕ ਗਈ ਸੀ ਇਸ ਕਾਰਨ ਉਹਦਾ ਪਤਨ ਹੋਇਆ ਤਾਂ ਤੀਜਾ ਕਾਲਮ ਆਪਾਂ ਪੜਿਆ ਜਾਂ ਮੌਸਮ ਬਦਲਣ ਕਾਰਨ ਇਹਦੇ ਵਿੱਚੋਂ ਕੋਈ ਛੋਟਾ ਪੁਆਇੰਟ ਚੱਕ ਸਕਦੇ ਆ ਰੇਗਿਸਤਾਨ ਬਣ ਗਿਆ ਸੀਗਾ ਜਾਂ ਭੂਮੀ ਦੀ ਪਜਾਊ ਸ਼ਕਤੀ ਘਟ ਗਈ ਸੀ ਤਾਂ ਇਹਦਾ ਇਹਦਾ ਇਹਨਾਂ ਦੇ ਵਿੱਚੋਂ ਇੱਕ ਆਪਸ਼ਨ ਤੁਹਾਨੂੰ ਦੇ ਦਿੱਤੀ ਜਾਊਗੀ ਤਾਂ ਇਸ ਨਾਲ ਆਪਣਾ ਇੱਕ ਕਨਸੈਪਟ ਹੈ ਜਿਹੜਾ ਕਲੀਅਰ ਹੁੰਦਾ ਕੱਲ ਨੂੰ ਆਪਾਂ ਆਰੰਭਿਕ ਰਾਜ ਪੜਾਂਗੇ ਇਹਦੇ ਵਿੱਚ ਜਨਪਦ ਆਗੇ ਜੋ ਵੀ ਕੁਐਸਚਨ ਹੋਣਗੇ ਸਾਰੇ ਤੁਹਾਨੂੰ ਇਸੇ ਤਰ੍ਹਾਂ ਹੀ ਪ੍ਰੋਵਾਈਡ ਜਿਹੜੇ ਕਰਾਂਗੇ ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਪਰ ਲਿਆ ਕਰੋ ਸੋ ਮਿਲਦੇ ਆ ਜੀ ਅਗਲੇ ਭਾਗ ਦੇ ਵਿੱਚ ਅਗਲੀ ਨਵੀਂ ਜਾਣਕਾਰੀ ਨਾਲ ਉਹ ਤੱਕ ਲਈ ਧੰਨਵਾਦ